सत श्री अकाल जी सारिआं नूं। होर सब ठीक ठाक ने ते आपां गड्डी भर के तुर पए आ। 7:30 हो गए आ, 6 तरीक ते देवरी घाट पार करके जंगल उत्थे खड़े आ। नाश्ता करांगे, परौंठा परूंठा खा के फिर तुरांगे ते नदेड़ साहब तो अगे दा माल आ, हुण कल नूं खाली करांगे। सो तुरदे आ हुण, ठीक है जी। भाजी ने सील कुकड़ रखे है होटल दे, पूरा जंगल जा होटल। आ सुखे भाजी दा होटल, आ अपना सुखा भाजी। लो जी पहुंच गए भंडारे राजस्थानी ढाबे ते। थोड़ी देर पैरों में साह दवा के फिर तुरंगे। गर्मी तो अजे इन्नी नहीं हुई, दोपहर में ज़्यादा गर्मी हो जाती, पैर बहुत गर्म होते इस करके थोड़ा साह दवा। हम तो उठते हैं, चाह चू पी के थोड़ी देर बाद निकल चला। आओ जी पहुँच गए बुट्टी बोरी पम्मे के होटल ते। गर्मी बड़ी है, लूए पैन डे पूरा। ਸ਼ਰਦਾ ਛੱਕ ਕੇ ਮੈਂ ਚਾਹ ਪੀ ਕੇ ਅਤੇ ਚੱਲਦੇ। 3:30 ਹੋ ਗਏ, ਹੁਣ ਚੱਲਾਂਗੇ ਆਪਾਂ, ਟਾਈਮ ਹੋ ਗਿਆ। ਚੱਲ ਬਈ ਖੋਲ੍ਹ ਗੱਡੀ। ਚੱਲ ਬਈ ਖੋਲ੍ਹ ਗੱਡੀ। ਪਹੁੰਚ ਗਏ ਅਰਨੀ ਟੂਲ ਟੈਕਸ ਨਦੇੜ ਸਾਹਿਬ ਨੂੰ, ਪਹਿਲਾਂ ਜਾ ਕੇ ਰੁਕਾਂਗੇ। ਤੁਰੇ ਜਾਣੇ ਟਾਈਮ ਹੋ ਗਿਆ, 8:39, ਅੱਗੇ ਜਾ ਕੇ ਰੋਟੀ ਪਾਣੀ ਛਕਾਂਗੇ ਕਿਤੇ ਅਤੇ 2 ਘੰਟੇ ਰੈਸਟ ਕਰਕੇ ਫਿਰ ਚੱਲਾਂਗੇ। ਰੈਸਟ ਤਾਂ ਕੀ ਕਰਨੀ, ਇੱਥੇ ਤੁਰੇ ਰਹਾਂਗੇ ਤਾਂ ਹੀ ਸਫ਼ਰ ਨਿਕਲੂਗਾ। ਪਹੁੰਚ ਗਏ ਲੋਹਗੜ੍ਹ ਸਾਹਿਬ ਅਯੂਬ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਦੀ ਨਗਰੀ 'ਚ। 100 ਕਿਲੋਮੀਟਰ ਬਚਿਆ ਸਫ਼ਰ ਅਤੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਚਾਹ ਪਾਣੀ ਪੀ ਕੇ ਰਹਿਣ ਲੱਗੇ ਤੁਰਨ। ਅਤੇ ਫਿਲਟਰ ਸਾਫ਼ ਹੋਣੇ ਵਾਲਾ ਸੀ, ਬੜਾ ਗੰਦਾ ਸੀ, ਇਹਨੂੰ ਸਾਫ਼ ਕਰਾਇਆ ਅਤੇ ਹੁਣ ਦੇਖਦੇ ਹਾਂ ਚੱਲਦੇ ਹਾਂ ਕਰੀਏ ਸਫ਼ਰ। ਲਓ ਜੀ ਪਹੁੰਚ ਗਏ ਅੰਬਾ ਜਗ੍ਹਾ ਜੀ, ਲੱਗੇ ਖਾਲੀ ਕਰਨ। ਉਹ ਆ ਗਏ ਰਾਣੀ ਸੁੰਦਰਾਂ, ਜੇ ਸੀ ਵੀ ਨਾ ਕਰਨਗੇ ਖਾਲੀ, ਘੰਟਾ ਕੁ ਲਾਉਂਦੇ ਖਾਲੀ ਹੋ ਜਾਂਦੀ। ਦੇਖਦੇ ਖਾਲੀ ਕਰਕੇ ਲੋੜ, ਪਹਿਲਾਂ ਲੰਗਰ ਪਾਣੀ ਛਕ ਲਈਏ। ਉਹ ਦੂਰ ਢਾਬਾ ਦੀਦਾ ਇੱਕ, ਉੱਥੇ ਚੱਲਦੇ ਹਾਂ। ਗਰਮੀ ਬੜੀ ਹੈ ਪਰ ਹਵਾ ਚੱਲਣ ਡਈ, ਪਤਾ ਨਹੀਂ ਲੱਗ ਰਿਹਾ। ਜੇ ਸੀ ਵੀ ਨਾ ਖਾਲੀ ਹੋਊ। 12:30 ਪਹੁੰਚੇ, ਦੇਖਦੇ ਹੁਣ ਖਾਲੀ ਕਰਕੇ। ਲਓ ਜੀ ਗੱਡੀ ਲਾਤੇ ਖਾਲੀ ਹੋਣ, ਖਾਲੀ ਇਹਨਾਂ ਨੇ ਟਾਈਮ ਨਾਲ ਹੀ ਕਰ ਦੇਣੀ ਹੈ, ਘੰਟੇ ਕੁ ਦੇ ਵਿੱਚ ਗੱਡੀ ਖਾਲੀ ਕਰ ਦਿੰਦੇ ਆ ਅਤੇ ਚੱਲਦੇ ਹਾਂ। ਚੜ੍ਹਾਈ ਪੈਂਦੀ ਬਹੁਤ ਤਕੜੀ, ਇੱਥੇ ਗੰਨੇ ਵਾਲੀਆਂ ਟਰਾਲੀਆਂ ਵੇਚਦਾ ਹੈ ਹਿੰਦੁਸਤਾਨ ਟਰੈਕਟਰ। ਆ ਗਏ ਫੈਕਟਰੀ, ਹੁਣ ਰੋਟੀ ਬਣਾਉਣ ਲੱਗੇ। ਮੁਰਗਾ ਲਿਆਂਦਾ ਦੇਸੀ, ਹੁਣ ਬਣਾਵਾਂਗੇ ਤਾਂ ਫਿਰ ਖਾ ਪੀ ਕੇ ਸੋਵਾਂਗੇ, ਸਵੇਰੇ ਭਰਾਂਗੇ। ਦੇਖੋ ਚੌਲ ਬਣਾਉਂਦੇ ਅੱਜ, 10:30 ਹੋ ਗਏ ਅਤੇ ਹੁਣ ਰੋਟੀ ਪਾਣੀ ਛੱਕ ਕੇ ਤਾਂ ਫਿਰ ਲੰਮੇ ਪਾਵਾਂਗੇ, ਸਵੇਰੇ ਭਰੂਗੀ ਗੱਡੀ। ਗੁੱਡ ਨਾਈਟ ਸਾਰਿਆਂ ਨੂੰ, ਸਵੇਰੇ ਮਿਲਦੇ ਹਾਂ।
ਕਹਿੰਦਾ ਲਾਲਿਆਂ ਦਾ ਮੁੰਡਾ ਹੱਟ ਦੇ ਤੇ ਜੱਟ ਦਾ ਪੁੱਤ ਟਰੱਕ ਦੇ ਲਾਲਿਆਂ ਦਾ ਮੁੰਡਾ ਹੱਟ ਦੇ ਤੇ ਜੱਟ ਦਾ ਪੁੱਤ ਟਰੱਕ ਦੇ ਸਿੰਘ ਮੰਡਾ ਰੌਲ ਤੇ ਰੰਡਿਆਲੇ ਵਾਲਿਆਂ ਜੈਪਸੀ ਪੜਰੌਲ ਤੇ ਸਿੰਘ ਮੰਡਾ ਸ਼ਿਵ ਸ਼ਕਤੀ ਬਾਡੀ ਮੇਕਰ ਵੀ ਲਈ ਵਧੀਆ ਕੰਮ ਕੀਤਾ ਇਹਨਾਂ ਨੇ ਵੀ ਔਰ ਭਈਆ ਗੋਲਾ ਵਧੀਆ ਲਾਇਆ ਪੰਜਾਬ ਪਟਿਆਲੇ ਵਾਲਾ ਟੂਲ ਵੀ ਵਧੀਆ ਬਣਾਇਆ ਪਰ ਚੈਕਰ ਪਲੇਟ ਵਧੀਆ ਲਾਈ ਹੈ ਬਾਰਾਂ ਗੇ ਚਾਦਰ ਥੱਲੇ ਲੱਕੜੀ ਦੇ ਪੱਤੇ ਸਾਰੇ ਵਧੀਆ ਯੂ ਬੋਲਟ ਲਾ ਕੇ ਮਜ਼ਬੂਤੀ ਪੂਰੀ ਬੈਟਰੀ ਬਾਕਸ ਵੀ ਵਧੀਆ ਤਾਲਾ ਲਾ ਕੇ ਦਿੱਤਾ ਲਹਿਰਾਂ ਵੀ ਪੰਜਾਬ ਮਾਡਲ ਵਾਂਗੂ ਪੂਰੀਆਂ ਬਣਾਈਆਂ ਪਿੱਛੇ ਡਾਲਾ ਲੱਕੜੀ ਦੇ ਫੱਟੇ ਡਾਲਾ ਵੀ ਵਧੀਆ ਬਣਾਇਆ ਸਾਰਾ ਕੰਮ ਵਧੀਆ ਹੋਇਆ ਸ਼ਿਵ ਸ਼ਕਤੀ ਬਾਡੀ ਮੇਕਰ ਬਿਲਈ ਪਾਈਪ ਖੰਡੇ ਵਾਲੇ ਵਧੀਆ ਐਨ ਕੰਮ ਸਾਰਾ ਹੀ ਵਧੀਆ ਕੀਤਾ ਕੌਫੀ ਦੇਖੋ ਮਹਾਰਾਸ਼ਟਰ ਇੱਦਾਂ ਦੀ ਕੌਫੀ ਬਣਾ ਕੇ ਦਿੰਦੇ ਆ ਮਲਾਈ ਪਾ ਕੇ ਉੱਪਰ ਅਤੇ ਥੱਲੇ ਪਾਸੇ ਦੇਖੋ ਵਿਊ ਕਿੰਨਾ ਸੋਹਣਾ ਕਿੰਨਾ ਸੋਹਣਾ ਵਿਊ ਆ ਬਹੁਤ ਹੀ ਸੋਹਣਾ ਵਿਊ ਹੈ ਖੁੱਲ੍ਹਾ ਖੁੱਲ੍ਹਾ ਇੱਧਰ ਮਹਾਰਾਸ਼ਟਰ ਜਿੱਦਾਂ ਦਾ ਬਹੁਤ ਆ ਖੁੱਲ੍ਹਾ ਖੁੱਲ੍ਹਾ ਪਹਾੜੀ ਜੀ ਇਹ ਸ਼ੂਗਰ ਫੈਕਟਰੀ ਹੈ ਭਰ ਗਈਆਂ ਗੱਡੀਆਂ ਹੁਣ ਭਰ ਕੇ ਤਾਂ ਨਿਕਲਾਂਗੇ ਹੋਰ ਘੰਟੇ ਨੂੰ ਦਾਰਾ ਵੀ ਨਾਲ ਹੋਰ ਦਾਰਾ ਬਾਬਾ ਕਾ ਹਾਲ ਵਾ ਬਾਬਾ ਠੀਕ ਵਾ ਵਿਊ ਬੜਾ ਆਤਾ ਇੱਥੇ ਦਾ ਖੁੱਲ੍ਹੀ ਜਗ੍ਹਾ ਬਹੁਤ ਬੜਾ ਖੁੱਲ੍ਹੀ ਜਗ੍ਹਾ ਐਨ ਵਧੀਆ ਖੁੱਲ੍ਹੀ ਜਗ੍ਹਾ 'ਤੇ ਬਾਅਦ 'ਚ ਉੱਪਰ ਬਣਾਈ ਉਹ ਸ਼ੂਗਰ ਮਿਲ ਭਰ ਗਈ ਹੁਣ ਲੱਗੇ ਤੁਰਨ ਦੱਸੋ ਜੀ ਸਾਰੇ ਜਣੇ ਕਿੱਦਾਂ ਦਾ ਲੱਗਾ ਸਾਡਾ ਵਲੌਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੜਕੇ ਦੇ ਵੱਜ ਗਏ ਚਾਰ ਟਾਇਰ ਪੈਂਚਰ ਹੋ ਗਿਆ ਮੋਰਲਾ ਅੱਗੇ ਵਾਲਾ ਟਾਇਰ ਪੈਂਚਰ ਹੋ ਜਾਏ ਬਹੁਤ ਤਕਲੀਫ ਹੁੰਦੀ ਢਾਬੇ 'ਤੇ ਪਹੁੰਚ ਗਏ ਮਰੰਗਾ ਪਾਟਾ ਹੁਣ ਟਾਇਰ ਬਣਵਾਉਂਦੇ ਹਾਂ ਫਿਰ ਦੇਖਦੇ ਹਾਂ ਦੋ ਘੰਟੇ ਲੰਮੇ ਤਿੰਨ ਘੰਟੇ ਪੈ ਕੇ ਫਿਰ ਚੱਲਾਂਗੇ अरे कुछ लोग देख रहे हैं मेरी बर्बादी के सपने ऐसे दिन नहीं आएंगे और लाख कोशिश कर लो मेरी जान इस चेहरे से हंसी छीन नहीं पाएंगे हुण लगे अब लम्बे पैण चार बज के 17 मिनट हो गए ते कमेंट करके जरूर दस्यो साडा व्लॉग किदां दा लगा तुहानू ते चैनल नू सबसक्राइब जरूर कर लो थैंक यू गुड मॉर्निंग सारे